ਸਤਿ ਸ੍ਰੀ ਅਕਾਲ ਨਮਸਤੇ ਸਲਾਮ ਖੁਸ਼ ਰਹੋ ਤੇ ਖੁਸ਼ੀਆਂ ਵੰਡੋ ਤੁਹਾਡੇ ਨਾਲ ਪੈਗਾਮ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲਾਵਾਂ ਕੁੰਡੇ ਅੱਜ ਬਾਤ ਮੈਂ ਉਸ ਬਿਰਧ ਮਾਤਾ ਦੀ ਕਰ ਰਿਹਾ ਜਿਹੜੀ ਬਹੁਤ ਵੱਡੀ ਉਮਰ 'ਚ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਮਿਹਨਤ ਕਰ ਰਹੀ ਹੈ ਬੱਕਰੀਆਂ ਬਹੁਤ ਉਮਰ ਹੋ ਗਈ ਤਾਂ ਬੱਚੇ ਫਿਰ ਬੱਚੇ ਹੈਗੇ ਬੱਚੇ ਵਿਚਾਰੇ ਆਪ ਦੇ ਕਮਾਉਂਦੇ ਖਾਂਦੇ ਫਿਰਦੇ ਹੈਗੇ ਅੱਛਾ ਅੱਛਾ ਪਰ ਮੈਂ ਉਰੇ ਭਾਈ ਅੰਧੀ ਮੋਹਤਾਜ ਕਿਵੇਂ ਆਖ ਤੇ ਦੁੱਖੇ ਨਾ ਕੋਈ ਚਾਹੀ ਤੇ ਦੁੱਖੇ ਨਾ ਬੇਟਾ ਰੋਟੀ ਆਪ ਬਣਾਉਣੇ ਫਿਰ ਤੁਸੀਂ ਆਪ ਇਹ ਬੱਕਰੀਆਂ ਨੂੰ ਸਾਰਾ ਦਿਨ ਧੁੱਪ ਚਾਰ ਦਿਓ ਹਾਂ ਮਾਂ ਗਰਮੀ ਬੜੀ ਹੈ ਦਿਨੇ ਬਹੁਤ ਗਰਮੀ ਹੈ ਬਹੁਤ ਔਖਾ ਮਾਂ ਹਾਂ ਬਹੁਤ ਔਖਾ ਭਾਈ ਹਾਂ ਚੰਗਾ ਮਾਂ ਤੇ ਨਵੀਂ ਪੀੜ੍ਹੀ ਨੂੰ ਇੱਕ ਵਾਰੀ ਕੋਈ ਸ਼ਬਦ ਕਹਿ ਜਾ ਭਾਈ ਕੀ ਬਾਤ ਚੰਗਾ ਮਾਂ ਤੂੰ ਆਪਦੇ ਮੂੰਹੋਂ ਹੀ ਬੋਲਤਾ ਬਹੁਤ ਵਧੀਆ ਧੰਨਵਾਦ ਸ਼ੁਕਰੀਆ ਮਾਂ ਸ਼ੁਕਰੀਆ ਸੋ ਨੌਜਵਾਨੋ ਮਾਂ ਆਪਦੇ ਆਪ 'ਚ ਇੱਕ ਮਿਸਾਲ ਹੈ ਇੰਨੀ ਉਮਰ ਦੇ ਵਿੱਚ ਰੌਲੇ ਵਾਲੇ ਸਾਲ ਤੋਂ ਪਹਿਲਾਂ ਸੰਨ 47 ਤੋਂ 10 ਸਾਲ ਪਹਿਲਾਂ ਇੰਨੀ ਉਮਰ ਅਤੇ ਗਰਮੀ 'ਚ ਬੱਕਰੀਆਂ ਚਾਰਨੀਆਂ ਆਦਿ ਮਿਹਨਤ ਸੋ ਮਿਹਨਤ ਜਾਇਆ ਨਹੀਂ ਜਾਂਦੀ ਗੱਲ ਹੈ ਮਿਹਨਤ ਮਾੜੀ ਚੀਜ਼ ਨਹੀਂ ਪਰ ਉਮਰ ਬਹੁਤ ਹੈ ਸੋ ਇਸ ਕਰਕੇ ਨਵੀਂ ਪੀੜ੍ਹੀ ਨੂੰ ਮੈਂ ਦੱਸਣਾ ਚਾਹੁੰਦਾ ਦੋਸਤੋ ਆਓ ਆਪਾਂ ਇਸ ਮਾਂ ਤੋਂ ਇਹ ਭਾਰਤ ਦੀ ਮਾਂ ਤੋਂ ਆਪਾਂ ਕੁਝ ਸਿੱਖੀਏ ਸੋ ਮੈਂ ਭਾਰਤੀ ਲੋਕ ਭਲਾਈ ਮੰਚ ਆਪਣਾ ਕਲੱਬ ਹੈ ਉਹਦੇ ਤਹਿਤ ਅਸੀਂ ਤੁਹਾਨੂੰ ਨਵੀਆਂ ਤੋਂ ਨਵੀਆਂ ਗੱਲਾਂ ਦੱਸਦੇ ਹਾਂ ਸੋ ਇਸ ਅੱਛਾ ਲੱਗੇ ਤਾਂ ਇਹਨੂੰ ਸਬਸਕ੍ਰਾਈਬ ਸ਼ੇਅਰ ਕਰਿਓ ਮੇਰੇ ਦੋਸਤੋ ਤਾਂ ਜੋ ਅਸੀਂ ਇਸ ਚੈਨਲ ਨੂੰ ਕਾਮਯਾਬ ਕਰ ਸਕੀਏ ਜੈ ਹਿੰਦ।